ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ ਜੋ ਤੁਸੀਂ ਆਉਣ ਵਾਲੀਆਂ ਵੀਡੀਓ ਸਮੇਂ ਸਿਰ ਦੇਖ ਸਕੋ ਅੱਜ ਦੀ ਵੀਡੀਓ ਛੇਵੇਂ ਪੇ ਕਮਿਸ਼ਨ ਦੇ ਅੰਦਰ 37 ਪੱਤੇ ਜੋ ਪੈਂਡਿੰਗ ਚੱਲਦੇ ਪਏ ਸੀਗੇ ਉਹਨਾਂ ਬਾਰੇ ਹੋਵੇਗੀ ਦਫ਼ਤਰ ਡਾਕਟਰੇਟ ਆਫ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਇਹ ਪੱਤਰ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਸਮੂਹ ਸਕੂਲ ਮੁਖੀਆਂ ਨੂੰ ਭੇਜਦੇ ਹੋਏ ਇੱਕ ਇਨਫੋਰਮੇਸ਼ਨ ਮੰਗੀ ਗਈ ਹੈ ਇਹ ਇਨਫੋਰਮੇਸ਼ਨ ਇਹ 37 ਪੱਤਿਆਂ ਸਬੰਧੀ ਹੋਵੇਗੀ ਇਸ ਵਿੱਚ ਇੱਕ ਟੇਬਲ ਕ੍ਰੀਏਟ ਕੀਤਾ ਗਿਆ ਤੇ ਟੇਬਲ 'ਚ ਇਨਫੋਰਮੇਸ਼ਨ ਭਰ ਕੇ ਮਿਤੀ 29/8/2023 ਤੱਕ ਵਾਪਸ ਦਫ਼ਤਰ ਨੂੰ ਭੇਜਣ ਨੂੰ ਕਿਹਾ ਗਿਆ ਹੈ ਸੋ ਦੋਸਤੋ ਵਿਭਾਗ ਹੁਣ ਇਹਨਾਂ 37 ਪੱਤਿਆਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ ਸੋ ਜਿਸ ਤੋਂ ਉਮੀਦ ਲਗਾਈ ਜਾ ਸਕਦੀ ਹੈ ਕਿ ਇਹ ਜਿਹੜੇ 37 ਪੱਤੇ ਪੈਂਡਿੰਗ ਚੱਲਦੇ ਪਏ ਸੀਗੇ ਇਹਨਾਂ ਸਬੰਧੀ ਜਲਦ ਤੋਂ ਜਲਦ ਸੇਵੇਂ ਪੇ ਕਮਿਸ਼ਨ ਦੀ ਕੋਈ ਚੰਗੀ ਖਬਰ ਆ ਸਕਦੀ ਹੈ ਸੋ ਜੇਕਰ ਆਪਜੀ ਨੂੰ ਇਹ ਵੀਡੀਓ ਪਸੰਦ ਆਈਏ ਤਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਤੁਸੀਂ ਆਉਣ ਵਾਲੀਆਂ ਵੀਡੀਓ ਸਮੇਂ ਸਿਰ ਦੇਖ ਸਕੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ